पंजाब यूनिवर्सिटी के प्रोफेसर के घर से करीब लाखों की गोल्ड ज्वेलरी चोरी करने वाले शातिर चोरों को सेक्टर 39 थाना पुलिस ने धर दबोचा है। पकड़े गए आरोपियों की पहचान सेक्टर 49 के तरुण विक्की और दिलीप के रूप में हुई है। पकड़े गए आरोपियों के खिलाफ कई आपराधिक मामले भी दर्ज हैं। तीनों को पुलिस ने जिला अदालत में पेश किया, जहां से कोर्ट ने तीनों को 2 दिन की पुलिस रिमांड पर भेज दिया है। इस मामले में डीएसपी चरणजीत सिंह विर्क ने बताया कि गत 5 मार्च को मकान नंबर 2737 से चोरी की सूचना मिली थी। घर से लाखों के जेवरात और नकदी चोरी हुई थी, जिसमें ये कार्रवाई करके इन चोरों को पकड़ा है। 5 मार्च शाम कोई 4:45 बजे करीब थाने 39 ਦੇ ਵਿੱਚ ਇਤਲਾਹ ਮਿਲੀ ਕਿ ਹਾਊਸ ਨੰਬਰ 2737 ਸੈਕਟਰ 37 ਦੇ ਵਿੱਚ ਚੋਰੀ ਹੋ ਗਈ ਹੈ, ਜਿੱਥੇ ਆਪਣੇ ਕੋਈ ਕਾਫੀ ਭਾਰੀ ਮਾਤਰਾ ਵਿੱਚ ਲੱਖਾਂ ਦੇ ਗਹਿਣੇ ਅਤੇ ਕੈਸ਼ ਚੋਰੀ ਹੋਇਆ। ਅਤੇ ਇਹ ਮੈਸੇਜ ਤੋਂ ਬਾਅਦ ਇਮੀਡੀਏਟਲੀ ਆਪਣੇ SHO ਨਰਿੰਦਰ ਪਟਿਆਲ, SHO 39 ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਮੌਕੇ 'ਤੇ ਇਹਨਾਂ ਨੇ ਦੇਖਿਆ ਕਿ ਜਿਹੜਾ ਇਹ ਘਰ ਹੈ, ਇਹ ਮਿਸਟਰ ਭੱਟਾਚਾਰੀਆ ਨੇ ਉਹਨਾਂ ਦਾ ਘਰ ਸੀ। ਉਹ ਆਪਣੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਫਾਈਨ ਆਰਟਸ ਦੇ ਡਿਪਾਰਟਮੈਂਟ ਦੇ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਨੇ, ਅਤੇ ਉਹਨਾਂ ਦੇ ਮਦਰ ਸੀ ਘਰ ਜਿਹੜੇ ਕਿ ਉਹ ਬੈੱਡ ਰੀਡਨ ਹੈ, ਇੱਕ ਕੁੱਤਾ ਸੀਗਾ ਅਤੇ ਫਰੰਟ ਤੋਂ ਘਰ ਨੂੰ ਤਾਲਾ ਲੱਗਾ ਹੋਇਆ ਸੀ ਜਿਸ ਟਾਈਮ ਚੋਰੀ ਹੋਈ ਹੈ। ਅਤੇ ਇਹ ਆਪਣਾ ਭੱਟਾਚਾਰੀ ਆ, ਉਸ ਦਿਨ 1:15 ਆਪਣੀ ਮਦਰ ਨੂੰ ਜਿਹੜੇ ਕਿ ਬੈੱਡ ਰੀਡਨ ਹੈ ਉਹਨਾਂ ਦੀ ਲੁੱਕ ਆਫਟਰ ਕਰਨ ਤੋਂ ਬਾਅਦ ਯੂਨੀਵਰਸਿਟੀ ਗਏ ਅਤੇ ਇਹ ਆਪਣਾ 4:45 ਵਾਪਸ ਆਏ ਅਤੇ ਉਦੋਂ ਦੇਖਿਆ ਇਹਨਾਂ ਨੇ ਵੀ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਅਲਮਾਰੀ ਟੁੱਟੀ ਹੋਈ ਹੈ ਅਤੇ ਘਰ ਦੀਆਂ ਜਿਹੜੀਆਂ ਜਿੱਥੇ ਗੋਲਡ ਆਈਟਮਾਂ ਅਤੇ ਕੈਸ਼ ਉਹ ਚੋਰੀ ਹੈ। ਅਤੇ ਫਿਰ ਇਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਅਤੇ SHO ਸਾਹਿਬ ਨੇ ਆਪਣੀ ਟੀਮ ਦੇ ਨਾਲ ਪਹੁੰਚਣ ਤੋਂ ਬਾਅਦ ਦੇਖਿਆ ਕਿ ਉੱਥੇ ਜਿਹੜੇ ਵੀ CCTV ਕੈਮਰੇ ਲੱਗੇ ਹੋਏ ਸੀਗੇ ਅਤੇ ਇੱਕ ਕੈਮਰਾ ਹਾਲਾਂਕਿ ਉਹਨਾਂ ਨੇ ਜਿਹੜਾ ਘਰ ਦੇ ਵਿੱਚ ਲੱਗਾ ਸੀ ਉਹਦਾ ਮੂੰਹ ਦੂਜੇ ਬੰਨੇ ਮੋੜ ਕੇ ਕਰ ਦਿੱਤਾ ਸੀ ਤਾਂ ਕਿ ਉਹ ਫੁਟੇਜ ਦੇ ਵਿੱਚ ਨਾ ਆਉਣ। ਦੂਜੇ ਪੜੋਸ ਦੇ ਕੈਮਰਿਆਂ ਤੋਂ ਦੇਖਿਆ ਗਿਆ ਕਿ ਬੈਕ ਸਾਈਡ ਦੇ ਉੱਪਰੋਂ ਲੜਕੇ ਕੋਈ ਘਰ ਦੇ ਵਿੱਚ ਵੜਦੇ ਦੇਖੇ ਗਏ ਅਤੇ ਉਹ ਫੁਟੇਜ ਜਦੋਂ ਪੁਲਿਸ ਦੇ ਕੋਲ ਆਈ ਤਾਂ ਅਸੀਂ ਅੱਗੇ ਫਿਰ ਆਪਣੀ ਹਿਊਮਨ ਇੰਟੈਲੀਜੈਂਸ ਦੇ ਥਰੂ ਸਾਰਾ ਉਹਨਾਂ ਨੂੰ ਆਈਡੈਂਟੀਫਾਈ ਕਰਾਇਆ ਅਤੇ ਇਮੀਡੀਏਟਲੀ FIR ਲੌਜ ਕਰਨ ਤੋਂ ਬਾਅਦ ਆਪਣੀ ਥਾਣੇ ਦੀ ਟੀਮ ਨੇ ਉਸੇ ਦਿਨ ਵਿਦਇਨ 24 ਆਵਰ ਹੀ ਇਹਦੇ ਵਿੱਚ 3 ਬੰਦਿਆਂ ਨੂੰ ਸੈਕਟਰ 49 ਤੋਂ ਅਰੈਸਟ ਕੀਤਾ ਗਿਆ, ਜਿਹਦੇ ਵਿੱਚ ਇੱਕ ਦਲੀਪ ਹੈ ਜੋ ਕਿ 21 ਸਾਲ ਦਾ ਹੈ, ਇੱਕ ਤਰਨ ਵਾਲੀ ਅਸਲੱਲਾ ਹੈ, ਇੱਕ ਵਿੱਕੀ ਹੈ ਔਰ ਇਹ ਪਹਿਲਾਂ ਵੀ ਚੋਰੀ ਦੇ ਕੇਸਾਂ ਦੇ ਵਿੱਚ ਸੈਕਟਰ 49, ਸੈਕਟਰ 19, ਸੈਕਟਰ 31 ਥਾਣਿਆਂ ਦੇ ਵਿੱਚ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਪਰਚੇ ਦਰਜ ਨੇ ਔਰ ਇਹ ਨਸ਼ਾ ਕਰਨ ਦੇ ਆਦੀ ਨੇ। ਔਰ ਉਸ ਦਿਨ ਵੀ ਇਹਨਾਂ 'ਚੋਂ ਜਿਹੜੇ 2 ਮੈਂ ਬਾਅਦ ਦੇ ਵਿੱਚ ਤੁਹਾਨੂੰ ਦੱਸਿਆ ਕਿ ਇੱਕ ਲੱਲਾ ਅਤੇ ਇੱਕ ਜਿਹੜਾ ਵਿੱਕੀ ਹੈ ਇਹ ਜੁਵੇਨਾਈਲ ਸੀ, ਹੁਣ 18 ਸਾਲ ਤੋਂ ਉੱਪਰ ਹੋ ਗਿਆ ਹੈ ਔਰ ਉਸ ਦਿਨ ਇਹਨਾਂ ਦੀ ਇੱਥੇ 25 ਸੈਕਟਰ ਦੇ ਵਿੱਚ ਜੁਵੇਨਾਈਲ ਕੋਰਟ ਦੇ ਵਿੱਚ ਤਰੀਕ ਸੀ ਔਰ ਇਹ ਆਪਣੀ ਤਰੀਕ ਭੁਗਤਣ ਤੋਂ ਬਾਅਦ ਸਾਈਕਲ 'ਤੇ ਆ ਰਹੇ ਸੀ ਔਰ ਇਹਨਾਂ ਨੇ ਉੱਥੇ ਹੀ ਸਲਾਹ ਕਰੀ ਕਿ ਅਸੀਂ ਕਿਸੇ ਘਰ ਦੇ ਵਿੱਚ ਜਿਹੜਾ ਕਿ ਬਾਹਰੋਂ ਲੋਕ ਹੋਇਆ ਉਸ 'ਤੇ ਚੋਰੀ ਕਰਨੀ, ਪਹਿਲਾਂ 38 ਸੈਕਟਰ ਦੇ ਵਿੱਚ ਘੁੰਮਦੇ ਰਹੇ, ਉੱਥੇ ਇਹਨਾਂ ਨੂੰ ਕੋਈ ਤਾਲਾ ਲੱਗਾ ਹੋਇਆ ਘਰ ਨਹੀਂ ਮਿਲਿਆ। ਉਸ ਤੋਂ ਬਾਅਦ ਇਹ 37 ਸੈਕਟਰ ਗਏ ਅਤੇ ਇਹ ਕੋਨੇ ਵਾਲਾ ਘਰ ਸੀ, ਬਾਹਰੋਂ ਤਾਲਾ ਲੱਗਾ ਹੋਇਆ ਸੀ ਔਰ ਇਹਨਾਂ ਨੇ ਪਹਿਲਾਂ ਅੰਦਰੋਂ ਦੇਖਿਆ ਉੱਥੇ ਵੀ ਤਾਲਾ ਫਰੰਟ ਤੋਂ ਲੱਗਾ ਹੋਇਆ, ਘਰ ਦੇ ਵਿੱਚ ਇੱਕ ਬਜ਼ੁਰਗ ਲੇਡੀ ਜਿਹੜੀ ਆ ਉਹ ਅੰਦਰ ਸੀਗੀ ਅਤੇ ਉਹਨਾਂ ਦੇ ਕੁੱਤਾ ਵੀ ਸੀ। ਫਿਰ ਇਹਨਾਂ ਨੇ ਪਿੱਛੋਂ ਦੀ ਐਂਟਰ ਕਰਕੇ ਅਤੇ ਇਹਦੇ ਵਿੱਚ ਚੋਰੀ ਨੂੰ ਅੰਜਾਮ ਦਿੱਤਾ, ਪਿਛਲੇ ਵੱਲੋਂ ਦਰਵਾਜ਼ਾ ਜਿਹੜਾ ਉਹ ਖੁੱਲ੍ਹਾ ਹੋਇਆ ਸੀ ਅਤੇ ਇਹਨਾਂ ਨੇ ਫਿਰ ਅੰਦਰ ਵੜ ਕੇ, ਜਦੋਂ ਅੰਦਰ ਵੜੇ ਤਾਂ ਇੱਕ ਵਾਰੀ ਕੁੱਤਾ ਭੌਂਕਿਆ, ਫਿਰ ਇਹਨਾਂ ਨੇ ਜਲਦੀ ਨਾਲ ਦਰਵਾਜ਼ਾ ਬੰਦ ਕੀਤਾ, ਉਹ ਫੁਟੇਜ ਦੇ ਵਿੱਚ ਵੀ ਦਿਸ ਰਿਹਾ। ਇਹਨਾਂ ਨੇ 4 ਕੁ ਮਿੰਟ ਦੇ ਵਿੱਚ ਹੀ ਚੋਰੀ ਨੂੰ ਅੰਜਾਮ ਦੇ ਕੇ, ਜਿੱਥੋਂ ਕਿ ਇਹ ਤਕਰੀਬਨ 70 ਤੋਲੇ ਦੇ ਨੇੜੇ ਸੋਨਾ ਔਰ
ਨਕਦੀ ਉਹ ਘਰ ਦੇ ਵਿੱਚੋਂ ਚੋਰੀ ਕਰਕੇ ਚਲੇ ਗਏ ਔਰ ਪੁਲਿਸ ਨੇ ਆਪਣੀ ਪੂਰੀ ਮੁਸਤੈਦੀ ਦੇ ਨਾਲ ਉਸੇ ਦਿਨ ਰਾਤ ਨੂੰ 24 ਘੰਟਿਆਂ ਦੇ ਵਿੱਚੋਂ ਹੀ ਇਹਨਾਂ ਨੂੰ 59 ਸੈੱਟ ਤੋਂ ਗ੍ਰਿਫਤਾਰ ਕਰਕੇ ਅਤੇ ਆਲਮੋਸਟ ਇਹਨਾਂ ਤੋਂ 95% ਦੇ ਨੇੜੇ ਜਿਹੜੀ ਰਿਕਵਰੀ ਆ ਉਹ ਹੋ ਗਈ ਹੈ। ਇਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ 2 ਦਿਨ ਦਾ ਅਸੀਂ ਪੁਲਿਸ ਰਿਮਾਂਡ ਲਿਆ ਹੈ ਔਰ ਇੱਕ ਇਹ ਪਹਿਲਾਂ ਵੀ ਇਹਨਾਂ ਦੇ ਵਿੱਚੋਂ ਇੱਕ ਤਾਂ 15 ਦਿਨ ਪਹਿਲਾਂ ਔਰ ਇੱਕ ਹਫ਼ਤਾ ਪਹਿਲਾਂ ਜੁਡੀਸ਼ੀਅਲ ਕਸਟੱਡੀ ਤੋਂ ਆਪਣਾ ਬੇਲ 'ਤੇ ਆਏ ਹੈ ਔਰ ਆਉਂਦਿਆਂ ਇਹਨਾਂ ਨੇ ਫਿਰ ਇਸ ਚੀਜ਼ ਨੂੰ ਅੰਜਾਮ ਦੇ ਤਾ ਔਰ ਇਸ ਤਰ੍ਹਾਂ ਚੰਡੀਗੜ੍ਹ ਪੁਲਿਸ ਨੇ ਜਿਹੜੀ ਸਾਡੀ 39 ਥਾਣੇ ਦੀ ਪੁਲਿਸ ਨੇ ਬੜੀ ਤਕੜੀ ਸਫਲਤਾ ਹਾਸਲ ਕੀਤੀ ਹੈ। 70 ਤੋਲੇ ਦੇ ਨੇੜੇ ਜਿਹੜਾ ਕਿ ਸੋਨਾ ਔਰ ਕੈਸ਼ ਰਿਕਵਰ ਕੀਤਾ ਔਰ ਇਹਨਾਂ ਚੋਰਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਤਾਂ ਕਿ ਅਸੀਂ ਅੱਗੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਔਰ ਤਾਂ ਕਿ ਇਹੋ ਜਿਹੀਆਂ ਐਕਟੀਵਿਟੀਜ਼ ਅੱਗੇ ਤੋਂ ਨਾ ਦੇ ਪੈਣ। ਸਰ ਇਹਦੇ ਵਿੱਚ 2 ਲੋਕਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸਰ, ਇਹ ਥਰਡ ਜਿਹੜਾ ਦਲੀਪ ਹੈ ਇਹਦਾ ਕੀ ਰੋਲ ਸਾਹਮਣੇ ਆਇਆ? ਇਹ ਜਿਵੇਂ ਕਿ ਮੈਂ ਕਿਹਾ ਕਿ 3 ਬੰਦੇ ਹੈ, ਦਲੀਪ ਜਿਹੜਾ ਹੈ ਕਿ ਉਹ ਇਹਨਾਂ ਤੋਂ ਵੱਡਾ ਹੈ, ਉਹ 21-22 ਸਾਲ ਦਾ ਹੈ। ਇਹ ਦੂਜੇ ਮਾਈਨਰ ਲੱਗਦੇ ਆ, ਛੋਟੇ ਲੱਗਦੇ ਆ, ਉਹ ਇਹਨਾਂ ਦੇ ਜਿਹੜਾ ਚੋਰੀ ਕੀਤਾ ਹੋਇਆ ਮਾਲ ਹੈ ਪਹਿਲਾਂ ਵੀ ਇਹ ਕੇਸਾਂ ਦੇ ਵਿੱਚ ਅਰੈਸਟ ਰਿਹਾ, ਉਹਨੂੰ ਅੱਗੇ ਡਿਸਪੋਜ ਆਫ ਕਰਾਉਂਦਾ ਕਿਉਂਕਿ ਉਹ ਬੱਚੇ ਸਮਝੀਏ ਕੋਈ ਉਹਨਾਂ ਤੋਂ ਮਾਲ ਨਹੀਂ ਲੈਂਦਾ ਅਤੇ ਉਹ ਅੱਗੇ ਜਾ ਕੇ ਸੁਨਿਆਰਿਆਂ ਕੋਲ ਜਾਂ ਹੋਰ ਕਿਸੇ ਬੰਦਿਆਂ ਕੋਲ ਜਾ ਕੇ ਵੇਚਦਾ ਅਤੇ ਉਹ ਅੱਗੇ ਪੈਸਾ। ਇਹ 3 ਹੀ ਡਰੱਗ ਅਡਿਕਟ ਹੈ ਔਰ ਪਹਿਲਾਂ ਵੀ ਇਹ 3 ਹੀ ਕੇਸਾਂ ਦੇ ਵਿੱਚ ਰਹੇ ਨੇ। ਨਹੀਂ, ਇਹ ਉਸ ਦਿਨ ਰਾਤ ਜਦੋਂ ਇਹਨਾਂ ਨੂੰ ਅਸੀਂ ਕਾਬੂ ਕੀਤਾ ਹੈ, ਇਹਦੇ ਵਿੱਚੋਂ ਇਹ 4 ਬੈਂਗਲ ਇਸ ਨੂੰ ਦਲੀਪ ਨੂੰ ਇਹਨਾਂ ਨੇ ਦੇ ਦਿੱਤੀਆਂ ਸੀ, ਤਾਂ ਹੀ ਦਲੀਪ ਦੀ ਵੀ ਅਰੈਸਟ ਪਾਈ ਅਸੀਂ ਕਿਉਂਕਿ ਉਹਨੇ ਅੱਗੇ ਡਿਸਪੋਜ ਕਰਨ ਦਾ ਉਹਨੂੰ ਮੌਕਾ ਹੀ ਨਹੀਂ ਮਿਲਿਆ ਕਿ ਪੁਲਿਸ ਨੇ ਮੁਸਤੈਦੀ ਨਾਲ ਇੰਨੀ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ। ਇਹਦੇ ਵਿੱਚ ਦੇਖੋ ਜੀ, ਸਾਨੂੰ ਲੀਡ ਤਾਂ CCTV ਕੈਮਰਾ ਤੋਂ ਹੀ ਮਿਲੀ ਹੈ। ਅਸੀਂ ਤੁਹਾਡੇ ਮਾਧਿਅਮ ਦੇ ਥਰੂ ਆਮ ਪਬਲਿਕ ਨੂੰ ਵੀ ਇਹ ਦੱਸਣਾ ਚਾਹਾਂਗੇ ਕਿ ਜ਼ਰੂਰ ਐਂਟਰੀ ਐਗਜ਼ਿਟ 'ਤੇ ਕੈਮਰੇ ਲਗਾਏ ਜਾਣ ਤਾਂ ਕਿ ਜਿਹੜੀਆਂ ਕਿ ਆਪਣੀਆਂ ਵੈਲਿਊਏਬਲ ਨੇ ਘਰ ਦੇ ਵਿੱਚ ਜਿਹੜੀਆਂ ਕਿ ਹਾਰਡ ਅਰਨ ਮਨੀ ਹੈ ਉਹਨਾਂ ਦੀ ਔਰ ਜਾਂ ਗਹਿਣੇ ਨੇ ਵੀ ਉਹ ਇਸ ਤਰ੍ਹਾਂ ਚੋਰ ਚੱਕੇ ਇਸ ਤਰ੍ਹਾਂ ਆਪਣਾ ਹੱਥ ਸਾਫ਼ ਕਰਕੇ ਨਾ ਲੈ ਜਾਣ। ਕੈਸ਼ ਜੋ ਉਹਨਾਂ ਨੇ ਲਿਖਾਇਆ 60,000 ਦੇ ਨੇੜੇ ਸੀ, ਬਾਕੀ ਇਹਨਾਂ ਦਾ ਅਸੀਂ ਰਿਮਾਂਡ ਲਿਆ। ਕੈਸ਼ ਦੀ ਰਿਕਵਰੀ ਅਜੇ ਥੋੜ੍ਹੀ ਘੱਟ ਹੋਈ, ਤਾਂ ਹੀ ਮੈਂ ਕਹਿ ਰਿਹਾ ਕਿ 95% ਦੇ ਨੇੜੇ ਹੋਈ ਹੈ। ਕੁਛ ਨਸ਼ੇ ਦੇ ਵਿੱਚ ਸੀਗੇ, ਉਹ ਅਜੇ ਕੁਛ ਰਿਕਵਰੀ ਅਸੀਂ ਇਹਨਾਂ ਤੋਂ ਰਿਮਾਂਡ ਦੇ ਨਾ ਕਰਾਂਗੇ। ਗੋਲਡ ਆਲਮੋਸਟ ਪੂਰਾ ਰਿਕਵਰ ਹੈ, ਕੋਈ ਇੱਕ ਮੰਗਲ ਸੂਤਰ ਹੈ ਜੇ ਉਹ ਉਹਦੀ ਰਿਕਵਰੀ ਅਜੇ ਬਾਕੀ ਨਾ। ਅਗਰ ਆਪਨੇ ਅਭੀ ਤੱਕ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਆਜ ਹੀ ਸਬਸਕ੍ਰਾਈਬ ਕਰੇ।